ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ। ਅੱਜ ਭਾਰਤ ਸਰਕਾਰ ਵੱਲੋਂ ਇੱਕ ਵਿਸ਼ੇਸ਼ ਐਲਾਨ ਕੀਤਾ ਗਿਆ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਉੱਪਰ ਇੱਕ 9 ਮੀਟਰ ਉੱਚਾ ਟਾਵਰ ਬਣੇਗਾ, ਜਿਸ ਉੱਪਰ ਜਾ ਕੇ ਨਾਨਕ ਨਾਮ ਲੇਵਾ ਜਿਹੜੀਆਂ ਸੰਗਤਾਂ ਨੇ, ਜਿਨ੍ਹਾਂ ਕੋਲ ਪਾਸਪੋਰਟ ਦੀ ਸੁਵਿਧਾ ਨਹੀਂ ਆ, ਉਹ ਜਿਹੜੀਆਂ ਨੇ ਉਹ ਟਾਵਰ 'ਤੇ ਜਾ ਕੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ। ਤੁਸੀਂ ਦੇਖ ਸਕਦੇ ਹੋ ਇੱਥੋਂ ਕੋਰੋਨਾ ਕਾਲ ਤੋਂ ਪਹਿਲਾਂ ਸਰਕਾਰ ਵੱਲੋਂ ਆ ਤੁਹਾਨੂੰ ਜਗ੍ਹਾ ਦਿਖਾਉਂਦੇ ਹਾਂ। ਇੱਥੇ ਜਗ੍ਹਾ 'ਤੇ ਇਸ ਇੱਕ ਟੋਇਆ ਪੁੱਟਿਆ ਗਿਆ ਸੀ, ਜਿੱਥੇ ਕਿ ਜਿਹੜਾ 9 ਮੀਟਰ ਦਾ ਜਿਹੜਾ ਟਾਵਰ ਜਿਹੜਾ ਸੀਗਾ ਉਹ ਬਣਨਾ ਸੀਗਾ, ਉਸਦੀ ਯੋਜਨਾ ਬਣਾਈ ਗਈ ਸੀ, ਪਰ ਕੋਰੋਨਾ ਕਾਲ ਕਰਕੇ ਇਹ ਜਿਹੜਾ ਵਾ ਮੁਲਤਵੀ ਕਰ ਦਿੱਤਾ ਗਿਆ ਸੀਗਾ। ਹੁਣ ਅੱਜ ਫਿਰ ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਜਗ੍ਹਾ ਉੱਪਰ ਸ਼੍ਰੀ ਕਰਤਾਰਪੁਰ ਕੋਰੀਡੋਰ ਉੱਪਰ 9 ਮੀਟਰ ਉੱਚਾ ਜਿਹੜਾ ਵਾ ਉਹ ਇੱਕ ਟਾਵਰ ਬਣੇਗਾ, ਜਿਸ ਵਿੱਚ LDV ਲੱਗਣਗੀਆਂ ਅਤੇ ਉਸ ਟਾਵਰ ਵਿੱਚ 450 ਦੇ ਕਰੀਬ ਜਿਹੜੀਆਂ ਸੰਗਤਾਂ ਨੇ ਉਹ ਇਕੱਠੀਆਂ ਜਿਹੜੀਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ। ਜਿਨ੍ਹਾਂ ਕੋਲ ਪਾਸਪੋਰਟ ਨਹੀਂ ਆ ਉਹ ਜਿਹੜੇ ਨੇ ਉਹ ਬਿਨਾਂ ਪਾਸਪੋਰਟ ਤੋਂ ਜਿਹੜੀ ਆ ਉਸ ਟਾਵਰ 'ਤੇ ਜਾ ਕੇ 9 ਮੀਟਰ ਉੱਚੇ 'ਤੇ ਦਰਸ਼ਨ ਕਰ ਸਕਦੀਆਂ। ਸੰਗਤਾਂ ਵੀ ਜੁੜੀਆਂ ਨੇ। ਹਾਂਜੀ, ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਵੱਲੋਂ ਅੱਜ ਜਿਹੜਾ ਐਲਾਨ ਕੀਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਕਿ ਇੱਥੇ 9 ਮੀਟਰ ਉੱਚਾ ਜਿਹੜਾ ਟਾਵਰ ਬਣਾਇਆ ਜਾਏਗਾ ਅਤੇ ਜਿਨ੍ਹਾਂ ਕੋਲ ਪਾਸਪੋਰਟ ਦੀ ਸੁਵਿਧਾ ਨਹੀਂ ਆ ਉਹ ਇਸ ਟਾਵਰ 'ਤੇ ਜਾ ਕੇ ਦਰਸ਼ਨ ਕਰ ਸਕਣਗੇ। ਹਾਂਜੀ ਸਰ, ਇਹ ਤਾਂ ਬਹੁਤ ਵਧੀਆ, ਜੇਕਰ ਟਾਵਰ ਬਣ ਜੇ ਤਾਂ ਉਹਦੇ ਨਾਲ ਵੀ ਸੰਗਤਾਂ ਜਿਹੜੀਆਂ ਆਉਣਗੀਆਂ ਅਤੇ ਉਹ ਵਧੀਆ ਢੰਗ ਦੇ ਨਾਲ ਗੁਰਦਾਸ ਸਾਹਿਬ ਦਾ ਦਰਸ਼ਨ ਕਰ ਸਕਣਗੀਆਂ। ਇਹ ਸਰਕਾਰ ਨੂੰ ਚਾਹੀਦਾ ਵੀ ਜਲਦ ਤੋਂ ਜਲਦ ਇਸ ਮੁਹਿੰਮ ਨੂੰ ਪੂਰਾ ਕੀਤਾ ਜਾਵੇ ਅਤੇ ਬਹੁਤ ਵਧੀਆ ਹੋਵੇਗਾ। ਜਿਹੜੀਆਂ ਅੱਜ ਭਾਰਤ ਸਰਕਾਰ ਨੂੰ ਜੋ ਐਲਾਨ ਕੀਤਾ ਗਿਆ ਕਿ 9 ਮੀਟਰ ਉੱਚਾ ਟਾਵਰ ਬਣਾਇਆ ਜਾਏਗਾ ਤਾਂ ਜੋ ਜਿਹੜੀਆਂ ਜਿਹੜਾ ਪਾਸਪੋਰਟ ਨਹੀਂ ਆ ਉਹ ਸੰਗਤਾਂ ਜਿਹੜੀਆਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ, ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਵਧੀਆ ਭੀਮ ਹੈ, ਜਿਹਨਾਂ ਕੋਲ ਵੀ ਜਿਹੜੇ ਪਾਸਪੋਰਟ ਨਹੀਂ ਹੈਗੇ, ਜਿਹੜੇ ਨਹੀਂ ਜਾ ਸਕਦੇ ਉੱਧਰ, ਉਹ ਇੱਧਰੋਂ ਦਰਸ਼ਨ ਕਰਨਗੇ ਅਤੇ ਵਧੀਆ ਚੀਜ਼ ਬਣਾਈ ਆ ਉਹਨਾਂ ਨੇ, ਵਧੀਆ ਸੋਚਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਸਿਸਟਮ ਉਹਨਾਂ ਨੇ ਲਾਗੂ ਕੀਤਾ ਹੈ ਕਿ ਜਿਹਨਾਂ ਕੋਲ ਪਾਸਪੋਰਟ ਨਹੀਂ ਹੈਗੇ ਉਹ ਦਰਸ਼ਨ ਕਰਨ ਦੇ ਚਾਹਵਾਨ ਹੈ ਅਤੇ ਉਹ ਇਸ ਜੋ ਵੀ ਸੁਵਿਧਾ ਪ੍ਰੋਵਾਈਡ ਕਰ ਰਹੇ ਆ ਉਹਦਾ ਜੀ ਉਹ ਦੇਖ ਸਕਣਗੇ। ਬਹੁਤ ਵਧੀਆ ਜੀ। ਵੇਖੋ ਜੀ, ਜਿਸ ਤਰ੍ਹਾਂ ਦੇ ਹੁਣ ਜਿਸ ਤਰ੍ਹਾਂ ਕਈ ਗਰੀਬ ਘਰ ਦੇ ਹੁੰਦੇ ਆ ਜਿਹੜੇ ਨਹੀਂ ਪਾਸਪੋਰਟ ਬਣਵਾ ਸਕਦੇ, ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਆ, ਪਰ ਜਿਹੜੇ ਦੂਜੇ ਨੇ ਉਹ ਤਾਂ ਚਲੋ ਫਿਰ ਵੀ ਹੋਣਦੇ, ਪਰ ਜਿਹੜੇ ਗਰੀਬ ਘਰ ਦੇ ਉਹਨਾਂ ਦੇ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈਗੀ ਆ। ਇਹ ਸਿੱਖਾਂ ਲਈ ਇੱਕ ਤਾਂ ਬਹੁਤ ਹੀ ਵੱਡੀ ਖੁਸ਼ਖਬਰੀ ਆ ਕਿ ਸਰਕਾਰ, ਸੈਂਟਰ ਸਰਕਾਰ 9 ਮੀਟਰ ਲੰਬਾ ਟਾਵਰ ਇੱਥੇ ਬਣਾਉਣ ਜਾ ਰਹੀ ਆ, ਜਿਹਦੇ ਨਾਲ ਇਹ ਕਿ ਬਿਨਾਂ ਪਾਸਪੋਰਟ ਵਾਲੇ ਬੰਦੇ ਜੋ ਵੀ ਇੱਥੇ ਦਰਸ਼ਨ ਆਉਣ, ਜਿਹੜੇ ਦਰਸ਼ਨ ਕਰਨ ਆਉਂਦੇ ਪਏ ਨੇ, ਉਹਨਾਂ ਲਈ ਇੱਕ ਸੌਖਾ ਤਰੀਕਾ ਹੋਏਗਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ। ਇਹ ਤਾਂ ਬੜੀ ਚੰਗੀ ਗੱਲ ਹੋਈ ਗਈ ਹੈ, ਇਹ ਸਾਨੂੰ ਸਾਡੇ ਭਾਗ ਹੈਗੇ ਜੋ ਸਾਡੇ ਦਰਸ਼ਨ ਕਰਨਗੇ ਮਹਾਰਾਜ ਜੀ ਦੇ। ਮੈਂ ਹੈਦਰਾਬਾਦ ਸੇ ਆਇਆ ਹੂੰ, ਸਰਦਾਰ ਡਾਕਟਰ ਸੱਜਣ ਸਿੰਘ, ਮੈਂ ਹੈਰੀਟੇਜ ਕੰਜ਼ਰਵੇਸ਼ਨ ਪ੍ਰਿਜ਼ਰਵੇਸ਼ਨ ਸਬ ਕਮੇਟੀ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੈਂਬਰ ਹੈਗਾ, ਔਰ ਮੈਂ ਸਿੱਖ ਹੈਰੀਟੇਜ ਫਾਊਂਡੇਸ਼ਨ ਹੈਦਰਾਬਾਦ ਡੱਕਨ ਦਾ ਕਨਵੀਨਰ ਵੀ ਹੈਗਾ। ਮੈਂ ਹੈਦਰਾਬਾਦ ਤੋਂ ਆ ਰਿਹਾ। ਸਾਡੇ ਸਪਨੇ ਮੈਂ ਵੀ ਇਹੀ ਵਿਚਾਰ ਆਉਂਦਾ ਹੈ ਕਿ ਸਾਡੀ ਕਦੀ ਕਦੀ ਜਾਈਏ ਕਿ ਮਹਾਰਾਜ ਜੀ ਦੇ ਦਰਸ਼ਨ ਕਰੀਏ ਕਰਤਾਰਪੁਰ ਸਾਹਿਬ ਜੀ। ਇਹ ਅਗਰ ਇਹ ਉਪਰਾਲਾ ਹੋ ਜਾਏ ਤਾਂ ਮੈਨੂੰ ਲੱਗਦਾ 9 ਮੀਟਰ ਜਾ ਕੇ 10 ਮੀਟਰ ਪਾ ਦਿਓ, 10 ਗੁਰੂਆਂ ਸਾਹਿਬ ਦੇ ਨਾਮ 10 ਮੀਟਰ ਹੋ ਜਾਏ। ਚਲੋ ਸਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਏ, ਇਹ ਵੀ ਬੜੀ ਚੰਗੀ ਸੋਚ ਹੈ ਜੀ। ਜੇ 10 ਗੁਰੂਆਂ ਦੇ ਨਾਂ ਤੇ ਜੇ 9 ਮੀਟਰ ਹੈ ਤੇ ਉੱਥੇ ਸੰਗਤਾਂ ਦਾ ਕਹਿਣਾ ਹੈ ਕਿ ਉਸ ਨੂੰ 10 ਮੀਟਰ ਉੱਚਾ ਕੀਤਾ ਜਾਏ, 10 ਮੀਟਰ ਉੱਚਾ ਕੀਤਾ। ਤੇ ਇਸ ਸਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਚਾਹਾਂਗੇ ਕਿ ਭਾਰਤ ਸਰਕਾਰ ਜਿੰਨੀ ਜਲਦੀ ਹੋ ਸਕੇ ਇਹ ਉਪਰਾਲਾ ਕੀਤਾ ਜਾਏ ਤੇ ਸਾਰੀ ਸੰਗਤਾਂ ਨੂੰ ਉੱਥੇ ਦਰਸ਼ਨ ਕਰਨ ਦਾ ਲਾਭ ਮਿਲਿਆ ਜਾਏ। ਹਾਂਜੀ, ਬਹੁਤ ਵਧੀਆ ਉਪਰਾਲਾ ਹੋ ਰਿਹਾ। ਵੈਸੇ ਤਾਂ ਜੇ ਆਧਾਰ ਕਾਰਡ ਤੇ ਸੰਗਤਾਂ ਨੂੰ ਭੇਜਣਾ ਚਾਹੀਦਾ, ਇਹ ਇਸ਼ੂ ਹੋਣੀ ਚਾਹੀਦੀ ਹੈ। ਬਾਕੀ ਸਰ
ਆਧਾਰ ਕਾਰਡ ਤੇ, ਇਸੇ ਲਈ ਉਹਨਾਂ ਨੇ ਆਧਾਰ ਕਾਰਡ ਤੇ ਜਾਣਾ ਚਾਹੀਦਾ। ਹਾਂਜੀ ਚਲੋ, ਸੰਗਤਾਂ ਨੇ ਇੱਥੇ ਜਿਹੜੀਆਂ ਜੁੜੀਆਂ ਨੇ ਉਹਨਾਂ ਦਾ ਇਹ ਵੀ ਮੰਗ ਹੈ ਕਿ ਟਾਵਰ ਦੇ ਨਾਲ ਨਾਲ ਇੱਕ ਆਧਾਰ ਕਾਰਡ ਦੀ ਵੀ ਜਿਹੜੀ ਆ ਆਪਸ਼ਨ ਰੱਖਣੀ ਚਾਹੀਦੀ ਆ, ਤਾਂ ਜੋ ਜਿਹੜੀਆਂ ਸੰਗਤਾਂ ਨੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਆ ਉਹ ਆਧਾਰ ਕਾਰਡ ਦਿਖਾ ਕੇ ਆਪਣੀ ਜਿਹੜੀ ਸਰਕਾਰੀ ਪ੍ਰਕਿਰਿਆ ਉਹਨੂੰ ਪੂਰੀ ਕਰਕੇ ਉਸ ਦੇ ਹਿਸਾਬ ਨਾਲ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰ ਸਕਦੇ। ਪਰ ਇਹ ਜੋ ਅੱਜ ਐਲਾਨ ਹੋਇਆ ਵਾ ਉਸ ਨੂੰ ਕਿਸ ਤਰ੍ਹਾਂ ਦੇਖਦੇ 9 ਮੀਟਰ ਟਾਵਰ? ਹਾਂਜੀ, ਬਹੁਤ ਵਧੀਆ ਉਪਰਾਲਾ ਜੀ, ਬਹੁਤ ਵਧੀਆ ਉਪਰਾਲਾ ਕੀਤਾ ਭਾਰਤ ਸਰਕਾਰ ਨੇ, ਬਹੁਤ ਵਧੀਆ ਗੱਲ ਹੈ, ਜੇ ਹੋ ਜਾਵੇ ਤਾਂ ਸਭ ਤੋਂ ਵਧੀਆ ਜੀ ਇਹ ਗੱਲ, ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਅੱਜ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਜੋ ਭਾਰਤ ਸਰਕਾਰ ਨੇ ਐਲਾਨ ਕੀਤਾ ਵਾ ਇਹਦੀ ਬੜੀ ਜ਼ਰੂਰਤ ਸੀ। ਸੰਗਤਾਂ ਜਿਹੜੀਆਂ ਪਾਸਪੋਰਟ ਲੈ ਕੇ ਆ ਜਾਂਦੀਆਂ ਸਨ ਉਹ ਤਾਂ ਦਰਸ਼ਨ ਕਰ ਆਉਂਦੀਆਂ ਸੀ, ਪਰ ਬਹੁਤੇ ਗਰੀਬ ਤਬਕਾ ਜਿਹੜਾ ਸੀ ਇਹ ਪਾਸਪੋਰਟ ਨਹੀਂ ਬਣਾ ਸਕਦਾ ਅਤੇ ਨਾ ਇੰਨੇ ਪੈਸੇ ਦੇ ਸਕਦਾ। ਜੋ ਇਹ ਇੱਥੇ ਟਾਵਰ ਬਣਨਾ ਵਾ ਉਹ ਬਹੁਤ ਚੰਗਾ ਕੰਮ ਹੈ ਕਿ ਉਹ ਗਰੀਬ ਆਦਮੀ ਜਿਹੜਾ ਵਾ ਇਹਦੇ ਉੱਪਰ ਚੜ੍ਹ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗਾ। ਇਹ ਜਿਹੜੀ ਆ ਸਕੀਮ ਬਹੁਤ ਵਧੀਆ ਵਾ, ਲਾਹੇਵੰਦ ਹੈ, ਸੰਗਤਾਂ ਇਸ ਦੇ ਉੱਤੇ ਬਹੁਤ ਖੁਸ਼ ਨੇ। ਇਹ ਵੱਖ ਵੱਖ ਸੰਗਤਾਂ ਦੇ ਪ੍ਰਤੀਕਰਮ ਜਿਹੜੇ ਸਾਹਮਣੇ ਆਏ ਆ ਕਿ ਸੰਗਤਾਂ ਜਿਹੜੀਆਂ ਨੇ ਇਸ ਨੂੰ ਲੈ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਹਨ, ਅਤੇ ਸੰਗਤਾਂ ਦਾ ਕਹਿਣਾ ਹੈ ਕਿ ਇਸ ਨੂੰ ਜਿਹੜਾ ਵਾ ਜਲਦੀ ਜਿਹੜਾ ਵਾ ਕਾਰਜ ਨੂੰ ਨੇਪਰੇ ਚਾੜ ਦੇਣਾ ਚਾਹੀਦਾ। ਅਤੇ ਇਹ ਸਰਕਾਰ ਨੇ ਜੋ ਐਲਾਨ ਕੀਤਾ ਹੈ ਕਿ 6 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਵਾ ਟਾਵਰ ਜਿਹੜਾ ਵਾ ਬਣ ਕੇ ਤਿਆਰ ਹੋ ਜਾਏਗਾ ਸੰਗਤਾਂ ਲਈ, ਅਤੇ ਸੰਗਤਾਂ ਇੱਥੋਂ ਜਿਹੜੀਆਂ ਨੇ ਸਿੱਧੇ ਤੌਰ 'ਤੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਆ ਉਹ ਇਹ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ। ਧਰਮਿੰਦਰ ਸਿੰਘ ਬਾਠ, ਈ ਪੰਜਾਬ TV। ਗੁਰੂ ਨਾਨਕ ਨਾਮ ਲੇਵਾ ਸੰਗਤ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ, ਜੋ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਚਰਨਛੋਹ ਸਥਾਨ, ਜਿਸ ਦੇ ਦਰਸ਼ਨ ਦਿਦਾਰੇ ਪਾਸਪੋਰਟ ਨਾ ਹੋਣ ਕਰਕੇ ਕਈ ਸੰਗਤਾਂ ਨਹੀਂ ਕਰ ਪਾ ਰਹੀਆਂ ਸੀ, ਉਹਨਾਂ ਵਾਸਤੇ ਭਾਰਤ ਸਰਕਾਰ ਵੱਲੋਂ ਇਹ ਵਿਸ਼ੇਸ਼ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇੱਕ ਵਿਸ਼ੇਸ਼ ਤੌਰ ਤੇ ਉੱਥੇ ਟਾਵਰ ਖੜਾ ਕੀਤਾ ਜਾ ਰਿਹਾ 9 ਮੀਟਰ ਉੱਚਾ, ਜਿਹਦੀ ਹਾਈਟ ਹੋਊਗੀ, ਜਿਹਦੇ ਅੰਦਰ ਸਾਰੀਆਂ ਸੰਗਤਾਂ ਉਸ ਸਥਾਨ ਤੋਂ ਗੁਰੂ ਸਾਹਿਬ ਦੇ ਸਥਾਨ ਦੇ ਦਰਸ਼ਨ ਦਿਦਾਰੇ, ਖੁੱਲੇ ਦਰਸ਼ਨ ਦਿਦਾਰੇ ਕਰ ਸਕਣਗੀਆਂ। ਇਸ ਪਲਾਜ਼ਾ ਦੇ ਅੰਦਰ ਵੱਡੀਆਂ ਸਕਰੀਨਾਂ ਲੱਗਣਗੀਆਂ, ਟੋਟਲ ਏਅਰ ਕੰਡੀਸ਼ਨ ਹੋਊਗਾ, ਇੱਕ ਵਕਤ ਤੇ 450 ਲੋਕ ਇਸ ਦੇ ਅੰਦਰ ਜਾ ਕੇ ਦਰਸ਼ਨ ਕਰ ਸਕਣਗੇ, ਔਰ ਇਸ ਪਲਾਜ਼ਾ ਤੋਂ ਸਿੱਧਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਜਾ ਸਕਣਗੇ। ਇਹ ਜੋ ਦਰਸ਼ਨੀ ਸਥਾਨ ਆ ਇਹ ਲਗਭਗ ਅਗਲੇ 6 ਮਹੀਨਿਆਂ 'ਚ ਕੰਪਲੀਟ ਹੋ ਜਾਏਗਾ, ਔਰ 6 ਮਹੀਨਿਆਂ ਬਾਅਦ ਸੰਗਤਾਂ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਉਹ ਸਿੱਧੇ ਦਰਸ਼ਨ ਦਿਦਾਰੇ ਕਰ ਸਕਣਗੀਆਂ। ਇਹਦੇ ਵਾਸਤੇ ਮੈਂ ਭਾਰਤ ਸਰਕਾਰ, ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ।